ਸ਼ਾਪਰ ਲੱਗਾ ਹੜਾ ਔਰ ਉਹ ਟਰੈਕਟਰ ਆਪਣਾ ਲੱਗਾ ਹੜਾ ਇਹ ਕੋ ਧਾਨੀਆਂ ਇਹ ਕੋ ਮੋਲੀਆਂ ਇਹ ਪਾਲਕ ਅਸਲਾਮੁਅਲੈਕੁਮ ਨਾਜ਼ਰੇਨ ਕਿ ਹਾਲੇ ਉਮੀਦ ਕਰ ਰਹੇ ਨਾ ਤੁਸੀਂ ਠੀਕ ਹੋ ਸੋ ਮੈਂ ਮੁਹੰਮਦ ਹਸਨੈਨ ਤੇ ਤੁਸੀਂ ਨੇ ਦੇਖ ਪਾਇਆ ਮੇਰਾ YouTube ਚੈਨਲ ਇਮਰਾਨ ਬਾਨੀ ਵਲੌਗ ਤੇ ਦੋਸਤੋ ਸਾਰੇ ਕੋ ਲੋ ਅਜੀ ਕੱਲ ਬੜੇ ਧੁੰਦ ਦੇ ਧੁੰਦ ਚੈੱਕ ਕਰੋ ਥੋੜਾ ਨਿਕਲਦਾ ਪਏ ਇਹ ਤਕਰੀਬਨ 6:30 11 ਤੱਕ ਨਿਕਲ ਵੈਸੀ ਧੋਪ ਤੇ ਅਸਾਂ ਖ ਹੁਣ ਸਾ ਆਪਣੇ ਚੈਨਲ ਉਤੇ ਸੱਟੂ ਮਤਲਬ ਵਲਾਗ ਵਗੈਰਾ ਤੇ ਇਹ ਜਿਹੜਾ ਸਾਰੇ Imran Mann ਦੇ ਵਲਾਗ ਚੈਨਲ ਨੂੰ ਤੁਸੀਂ ਸਪੋਰਟ ਕਰਨਾ ਹੈ ਸਬਸਕ੍ਰਾਈਬ ਕਰਨਾ ਚੈਨਲ ਨੂੰ ਤੇ ਸਾਡੇ ਇਹੋ ਜੇ ਰੋਜ਼ ਦੇ ਨਵੇਂ-ਨਵੇਂ ਵਲਾਗਸ ਆਸਣ ਤੇ ਤੁਸੀਂ ਵੀਡੀਓ ਅਗਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਸੋ ਇਹ ਸਾਰਾ ਡੋਜਾ ਪਾਰਟਨਰ ਸਰਦੀ ਦੀ ਮਹਾਰਨ ਬੇਰੀ ਸ਼ੇਰੀ ਨੂੰ ਚੈੱਕ ਕਰੋ सुबह सुबह का टाइम काम कार होने अचको पता है जी दोस्तों उम्मीद है तर ठीक हो सो असा के करम नाल ठीक ही से ता थोड़े जे बिजी थी गया से काम हन ते तो बिजली शिजाई वाला इमें स्कूल वाले मामले बिजी रह गया से ते बिलाग साडे नहीं आ संगे सही तो हूँ माशा डेली तो दे जरा काम करे सन छुट्टियान भी बिलागा से सा बहु खूबसूरत देहात के नज़ारे दिखे सो ਤੇ ਬਹੁਤ ਹੀ ਜ਼ਬਰਦਸਤ ਦਿਲਚਸਪ ਵੀਡੀਓਸ ਹਨ ਜੇ ਦੋਸਤੋ ਟੁਰਦੇ ਟੁਰਦੇ ਅਸਾਂ ਆ ਗਏ ਆਪਣੀਆਂ ਸਬਜ਼ੀਆਂ ਵਾਲੇ ਪਾਸੇ ਕਿਉਂਕਿ ਸਵੇਰ ਸਵੇਰ ਸਬਜ਼ੀ ਦੇ ਵਿੱਚ ਟੁਰਨ ਦਾ ਆਪਣਾ ਹੀ ਮਜ਼ਾ ਆਉਂਦਾ ਹੈ ਨਾਲ ਉੱਤੇ ਥੋੜੀ ਥੋੜੀ ਟਰੇਡ ਵੀ ਗਈ ਨਾਲ ਪੇਰ ਸਿਨੇ ਠੱਡੇ ਥਿਨ ਆਪਣਾ ਮਜ਼ਾ ਆਉਂਦਾ ਹੈ ਅਸਾਂ ਆਪਣੀ ਸਬਜ਼ੀ ਚ ਆ ਗਏ ਕਿਉਂਕਿ ਦਿਹਾੜੇ ਵਿੱਚ ਥੋੜੀ ਨਾਰਮਲ ਸਬਜ਼ੀ ਹੁੰਦੀ ਹੈ ਜ਼ਿਆਦਾ ਨਹੀਂ ਹੁੰਦੀ ਮਤਲਬ ਹੱਕ ਘਰ ਆਪਣੇ ਆਪਣੀ ਸਬਜ਼ੀ ਪੀਚਦਾ ਹੈ ਇਹ ਚੈੱਕ ਕਰੋ ਆਹ ਇਹ ਪਰ ਦੇਖੋ ਇਹ ਕੋ ਸਰਾਕੇਜ ਮੇਥਰਾ ਸਰੇ ਨੇ ਇਹ ਕੋ ਧਾਨੀਆਂ ਇਹ ਕੋ ਮੋਲੀਆਂ ਇਹ ਪਾਲਕ ਮਤਲਬ ਜੜੀ ਸਾਗ ਵਗੈਰਾ ਛੇ ਮਹੀਨੇ ਤੇ ਕੰਦੇ ਸਾਗ ਵਗੈਰਾ ਚੱਲਦਾ ਦਿਹਾੜੇ ਵਿੱਚ ਇਹ ਕੋ ਥੋਮਸਰੇ ਨਾ ਸਰਾਕੀ ਦੇ ਵਿੱਚ ਮਤਲਬ ਸਾਰੇ ਇਥੇ ਸਰਾਕੀ ਕਲਚਰ ਹੈ ਨਾ ਆਪਣਾ ਆਪਣਾ ਸਰਾਕੀ ਕਲਚਰ ਇਹ ਕਿਹੜਾ ਹੈ ਇਹ ਹੀ ਥੂਮ ਹੈ ਇਹ ਥੂਮ ਹੈ ਇਹ ਮਤਲਬ ਬਾਅਦ ਵਿੱਚ ਵੀ ਜਾ ਇਹ ਪਹਿਲੇ ਵੀ ਜਾ ਇਹ ਮਤਲਬ ਪਾਲਕੇ ਵੜੀ ਵੜੀ ਫਾਈਨਲੀ ਦੋਸਤੋ ਅਸਾ ਤੋਂ ਆਪਣੇ ਸਬਜ਼ੀਆਂ ਦੀ ਖਾ ਦਿੱਤੀਆਂ ਹੁਣ ਅਸਾ ਮੈਂ ਆਪਣੇ ਘਰ ਤੋਂ उत्तान के तो अपना माल डंगर वगैरह का तारुफ करवाने क्योंकि सर्दियों के बकरिया वगैरह सूप होने और जोड़े उन्होंने फल होने सर्दी के खूबसूरत नज़र आने उत को आन के दिखाने बिलाग के नाल जुड़े रवा है अगर सारी वीडियो अच्छी लगे तो सारे चैनल को जरूर 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 सबसक्राइब करे सो एक बहुत बैड न्यूज में को सारा नाल हमसा है उनके काम चेक करो ये देखो सड़क के उत्ते काम करो ਇਹ ਮਤਲਬ ਪੂਰੀ ਸੜਕਾਂ ਦੀ ਪਈ ਇਹ ਈਡੋ ਨਾਲ ਸਾਰਾ ਆਪਣਾ ਰਕਬਾ ਹੈ ਇਹ ਇਹਨੂੰ ਹਮ ਸੈਦ ਉਹਦੇ ਘਰ ਪਰੋ ਖੜੇ ਇਹ ਇਹਦਾ ਕੰਮ ਚੈੱਕ ਕਰੋ ਗੰਦ ਸਟੇਂਦਾ ਸੜਕ ਦੇ ਉੱਤੇ ਆਵਾਮ ਗੰਦ ਤੋਂ ਤਾਂ ਨਹੀਂ ਲੰਘਣਾ ਨਾ ਲੰਘਣਾ ਗੰਦ ਤੋਂ ਆਵਾਮ ਗੰਦ ਤੋਂ ਨਹੀਂ ਲੰਘਦੇ ਇਥੋਂ ਮਤਲਬ ਸਾਫ ਸੁਥਰੇ ਉਹ ਆਵਾਮ ਉਥੋਂ ਆ ਕੇ ਇਹ ਦੇਖੋ ਉਹ ਉਥੋਂ ਆ ਕੇ ਇਮੈਂ ਮਤਲਬ ਵੀ ਇਹ ਆਵਾਮ ਨਹੀਂ ਆਉਂਦੀ ਆਵਾਮ ਲੰਘਣਾ ਤਾਂ ਈਡੂ ਹੈ ਨਾ ਇਥੋਂ ਦੇਖੋ ਗੰਦ ਵਗੈਰਾ ਗੰਦ ਪਾ ਦਿੱਤਾ ਕੋਈ ਮਸਲਾ ਨਹੀਂ ਯਾਰ ਅੱਲਾ ਰੋਜ਼ੀ ਦੇਂਦਾ ਪਏ ਮਤਲਬ ਅਸਾਂ ਆਵਾਮ ਕੋ ਨਹੀਂ ਰੋਕਾ ਯਾਰ ਸਾਰੇ ਪਾਸੋਂ ਨਾ ਲੰਗੋ ਤੇ ਬਾਰਲ ਉਹ ਕੋ ਸੋਚਣਾ ਚਾਹੀਦਾ ਕਿ ਯਾਰ ਗੰਦ ਨਹੀਂ ਪਾਉਣਾ ਚਾਹੀਦਾ ਅੱਲਾਹ ਕੋ ਹਦਾਇਤ ਦੇਵੇ ਫਾਈਨਲੀ ਦੋਸਤੋ ਅਸਾਂ ਬਿਲਕੁਲ ਆਪਣੇ ਘਰ ਦੇ ਕਰੀਬ ਆ ਗਏ ਹਾਂ ਤਾਂ ਕੋ ਜਿਵੇਂ ਕਿ ਪਹਿਲੇ ਮੈਂ ਆਖਿਆ ਸਭ ਬੱਕਰੀਆਂ ਨਹੀਂ ਖਾਣੇ ਆਪਣੀਆਂ ਇਹ ਇੱਕ ਲੱਗੀ ਪਈ ਹੈ ਸਵੇਰ ਸਵੇਰ ਨਾਲ ਕਿੱਲਾ ਹੀ ਪਟਵਾਈ ਵਧੀ ਹੈ ਕਿੱਲਾ ਹੀ ਪਟਵਾਈ ਵਧੀ ਹੈ ਆਪਣਾ ਨਾਲ ਇੱਥਾਂ ਹੀ ਕੋਈ ਪਤਾ ਵੀ ਸਰੀਹ ਪਈ ਹੈ ਇੱਥਾਂ ਆ ਗਈ ਹੈ ਲੱਗੀ ਪਈ ਹੈ ਕੋਈ ਮਸਲਾ ਕੋ ਨਹੀਂ ਬੇਮਿਸਾਲ ਬਿਨਾ ਵਾਸੇ ਰੱਖਣਾ ਹੈ ਬਿਨਾ ਵਾਸੇ ਰੱਖਣਾ ਹੈ ਉਹ ਆਦੀ ਕੋਈ ਨਾ ਸਾਰਾ ਮੈਂ ਆਪ ਖਾਸਾ ਚਲੋ ਮੈਂ ਕਿ ਕੋਈ ਮਸਲਾ ਨਹੀਂ ਬਿਆਲਾ ਗਿੰਸੋ ਬਿਨਾ ਵਾਸਤੇ ਫਾਈਨਲੀ ਦੋਸਤੋ ਅਸਾਂ ਆਪਣੇ ਘਰ ਆ ਚੁੱਕੇ ਹਾਂ ਧੁੱਪ ਦਾ ਪਿਛੋ ਚੈੱਕ ਕਰੋ ਨਾਲ ਇਥੋਂ ਧੁੱਪ ਚੈੱਕ ਕਰੋ ਪਿਛੋ ਮਤਲਬ ਕਿਵੇਂ ਦਿਵਾਰਾਂ ਸਾਫ਼ ਸੁਥਰੀਆਂ ਨਜ਼ਰ ਆਉਂਦੀਆਂ ਪੈਣ ਇੱਕ ਸਾਰੇ ਵਾਰ ਤੁਹਾਡੇ ਵਾਸਤੇ ਬੈਟ ਨਿਊ ਜੀ ਹੈ ਕਿ ਅਸਾਂ ਮੋਟਰਸਾਈਕਲ ਘਿੰ ਕੇ ਆ ਗਏ ਇਹ ਚੈੱਕ ਕਰੋ ਮੋਟਰਸਾਈਕਲ ਮਤਲਬ ਅਸਾਂ ਨਿਊ ਕੀ ਦੀਏ ਮਾਡਲ ਕਿਤਨਾ ਹੈ उन्नी माडा ये पिछले नंबर प्लेट चेक करो रकम कितनी है ये तो सा कमेंट दसनी है कितनी है लेकिन को पता नहीं पै लगता मैं को दसा ही नहीं फाइनली दोस्तों धुप माशाल्लाह काफ़ी सारे निकल आई है हम तो बैक व्यू ना ये देखो धुप तो चेक करो हूँ और सूरज फुल तपा से चा गए जब टाइम थे ना पिया ही वे नौ बज के अठत्ती मिनट ये देखो मतलब आज दरख्तों के साहे थले भाई छां वगैरह जुल के तो आपका अपना माल छोटा व्डा सारा दिखाने और अपनी गंदम भी दिखाने ਅਜਿਹਾ ਅਸਾਂ ਵਸਲ ਕਾਸ਼ਤ ਕਰਨ ਮਤਲਬ ਵਸ ਲਾਮਣ ਉਹ ਜਗ੍ਹਾ ਵੀ ਤੁਹਾਂ ਕੋ ਦਿਖਾਨੇ ਇਹ ਸਾਰਾ ਵੱਡਾ ਮਾਲ ਹੈ ਇਹ ਕੋ ਬੰਦਰ ਤੇ ਇਹ ਬੰਦਰ ਇਹ ਮਤਲਬ ਸਾਰਾ ਆਪਣਾ ਮਾਲ ਹੈ ਛੋਟੇ ਬਕਰੇ ਉਹ ਵੀ ਹੁਣ ਤੁਹਾਂ ਕੋ ਦਿਖਾਨੇ ਆਪਣੇ ਇਹ ਬکریاں ਇਹ ਆਪਣੇ ਆ ਬਕਰਿਆਂ ਮਤਲਬ ਵੱਡੀਆਂ ਇੱਥਾ ਬੰਦੇ ਆਂ ਔਰ ਛੋਟੀਆਂ ਉੱਥਾਂ क्योंकि बदलों को ज़्यादा पावना पौधा छोटे को ज़्यादा टोका वो छोटे छोटे फल बैठे वो चेक करो कमेंट जरूर दसना है कि सारा माल किमें लगे है हूँ असा जुलते पे हैं तो अपनी गंदों में दिखाने हैं तो जितना अस व वसल लावने वो भी दिखाने अगर सारी वीडियो अच्छी लगे तो सारे चैनल को जरूर सब्सक्राइब करे सो ये गंदम चेक करो ये अपने चाचू जी की गंदम है ਔਰ ਉਹ ਆਪਣੇ ਗੰਦਾਮੇ ਇਹ ਆਸਾਂ ਵਸਲ ਕਾਸ਼ਤ ਕਰਨ ਵਾਸਤੇ ਰੱਖੀ ਹੈ ਜਗਾ ਪੂਰੀ ਮਤਲਬ ਅੱਗੇ ਕੋਲ ਅਸਾ ਘਾਟ ਰੱਖੀ ਹੈ ਫਸਲ ਆਇਆ ਪੈਨ ਅਜੇ ਤੱਕ ਖੇਲਾ ਕੱਢ ਕੇ ਲਾਮਣਨ ਜਲੇ ਲੈਸੂ ਉਹੀ ਤੋ ਕੋਈ ਵੀ ਉਡੀ ਖੈਸੂ ਇਹ ਆਪਣੀ ਮਾਸ਼ਾਲਾ ਗੰਦਾਮੇ ਇਹ ਗੰਦਮ ਕੋਈ ਪਾਣੀ ਲਾਮਣੇ ਇਹ ਕੋਈ ਜਲੇ ਪਾਣੀ ਲੈਸੂ ਉਹਦੇ ਤੋ ਕੋਈ ਵੀ ਉਡੀ ਖੈਸੂ ਇਹਦਾ ਮਤਲਬ ਸਾਰਾ ਟਿੱਬਾ ਆਰ ਪਾਸੋਂ ਬਹੁਤ ਖੂਬਸੂਰਤ ਮਾਹੌਲ ਹੈ ਫਾਈਨਲੀ ਦੋਸਤੋ ਕਾਫੀ ਵਿਵਰਾਂ ਦੇ ਕਮੈਂਟ ਆਨਨ ਕਿ ਅੱਜ ਕੱਲ ਤੁਹਾਡੀ ਵੀਡੀਓ ਦੇ ਵਿੱਚ ਤੁਹਾਡਾ ਕੁੱਤਾ ਕੋਈ ਨਹੀਂ ਖੜਾ ਆਂਦਾ ਸਾਰਾ ਕੁੱਤਾ ਉਹ ਵਾਂਦਾ ਪਿਆ ਸਾਹਮਣੇ ਕੋ ਤੋ 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 ਉਹ ਕੋਸਾ ਸਰਵੈਨੇ ਤੋ ਕੁ ਦਿਖਾਨੇ ਹੈ ਕਿਉਂਕਿ ਸੂਬਾ ਸੂਬਾ ਉਹ ਕੋਈ ਮਜ਼ਾ ਆਂਦਾ ਵਦ ਸਾਕੋਈ ਮਜ਼ਾ ਆਂਦਾ ਵਦ ਫਿਰਨ ਟੁਰਨ ਦਾ ਇਹ ਵਾਂਦਾ ਪਏ ਇਹ ਲੱਗਦਾ ਕੁਛ ਐ ਪੇਰਾ ਵਗੈਰਾ ਚਾਹੀਦਾ ਹੈ ਇਹ ਚੈੱਕ ਕਰੋ ये मतलब कुछ डिटी वर्ष शिकार वगैरह ये बच्चा वह कोई शो नहीं हो यार हट 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 है पर हाँ फाइनली भी बार कुत्ते कुे के बकरिया का क्या व्यू है बकरियाँ का शिकारा वगैरह दिखाने हैं बकरिया चौंक गई कि कुत्ता सारे को गया है ਦੋਸਤੋ ਅਗਾਂ ਵੀ ਉਹ ਲਖਣ ਨੇ ਉਹ ਬੱਕਰੇ ਨੂੰ ਚੈੱਕ ਕਰੋ ਮਤਲਬ ਇਹ ਤਾਂ ਕਾਫੀ ਕੁੱਤਾ ਫਿਰਦਾ ਟੁਰਦਾ ਰਹਾਂਦਾ ਨਾ ਤੇ ਬਲਾਏ ਘੱਟ ਡਰਦੇ ਹਨ ਫਾਈਨਲੀ ਦੋਸਤੋ ਟਾਈਮ ਤਕਰੀਬਨ 12 ਦਾ ਠੀਕ ਹੈ ਅਸਾਂ ਥੋੜੀ ਜਿਹੀ ਰੈਸਟ ਕੀਤੀ ਹੈ ਰੈਸਟ ਕਰਨ ਤੋਂ ਬਾਅਦ ਹੁਣ ਸਮਾਂ ਦੇ ਪੈਂ ਦੁਬਾਰਾ ਘਾਹ ਕੱਪਣ ਇਹ ਦੇਖੋ ਇਹ ਜੇ ਤਾਂ ਸੋਹਣ ਲਸਾ ਖਾੜ ਕੇ ਵਲਾਗ ਸਟਾਰਟ ਕੀਤਾ ਇਹ ਸਾਰਾ ਖਾਏ ਹੁਣ ਮੈਂ ਤੇ ਪੈ ਖਾਏ ਇਹ ਚੈੱਕ ਕਰੋ ਪਿੱਛੋਂ ਆਪਣਾ ਇਹ ਸਾਰਾ ਇਹ ਦੂਕਿਆ ਰਹੇ ਜਵ ਵੀ ਇਹ باقی ਹੁਣ ਮਾਲ ਕੋ ਪੈਨੇ ਖਾ ਉਹ ਤਾਂ ਕੋ ਪੂਰਾ ਸੈਂਡਿ ਖੈ ਸੋ ਜਿਵੇਂ ਜਿਵੇਂ ਟੁਕੈ ਸੂ ਇਹ ਵੀ ਆਪਣੀ ਗੰਦਾ ਮੇ ਇਹ ਘਾਏ ਹੁਣ ਮਾਸ਼ਾਅੱਲਾ ਧੁੰਦ ਵਗੈਰਾ ਲੈ ਕੇ ਹੁਣ ਕਲੀਅਰ ਮੌਸਮ ਆ ਦਾ ਪੈ ਲੇ ਦੋਸਤੋ ਖਾਸ ਚਾਕੇ ਆ ਗਏ ਮਸ਼ੀਨ ਪੀਟਰ ਇਹਨਾਂ ਤੋਂ ਟੁਟਕੇ ਸੂ ਉਹ ਪੀਟਰ ਵੀ ਹੈ ਇਹ ਮਸ਼ੀਨ ਇਹ ਘਾ ਥੋੜੇ ਦੇਰ ਤੱਕ ਭਾਈ ਆਵੰਦਾ ਹੈ ਪੱਟਾ ਚਾਕੇ ਉੱਥਾ ਚੜੇ ਸੂ ਮਸ਼ੀਨ ਤੋਂ ਛਾੜ ਕੇ ਗੇੜਾ ਲੈ ਸੂ ਪੀਟਰ ਕੋ ਟੋਕਾ ਟੋਕ ਕੇ ਇਨਸ਼ਾਅੱਲਾ ਬਾਤ ਮਿਲਦੇ ਆ ਟੋਕਾ ਟੋਕਣ ਦੇ ਬਲਕੇ ਤਾਂ ਹੁਸੈਨ ਲਿਖੇ ਸੂ ਕਿ ਕਿਵੇਂ ਸਾ ਟੋਕਾ ਟੁਕੇ ਨੇ ਬੁਲਾ ਤਕੂ ਇਨਸ਼ਾਅੱਲਾ ਨੈਕਸਟ ਵੀਰ ਮਿਲਦੇ ਆ ਦੋਸਤੋ ਦੋਸਤੋ ਸੁਚਿੰਦੇ ਖੜੇ ਹੋ ਉਸੋ ਕਿ ਸਾਖ ਦਾ ਕਿ ਉਖੜਾ ਹੈ ਹੁਣ ਹੁਣੇ ਪੰਜ ਚਾਹ ਕੇ ਆਇਆ ਕਿਉਂਕਿ ਇਹ ਨਿਸਬਤ ਛੋਟੀ ਪਾਂਡੇ ਇਹ ਵੱਡੀ ਪਾਂਡੇ ਇਹ ਹੁਣੇ ਚਾਹ ਕੇ ਆਇਆ 7 ਵਾਲਾ ਹੋਣਾ ਹੈ ਉਹ ਜ਼ਿਆਦਾ ਥੋੜੀ ਜਿਹੀ ਵੱਡੀ ਪਾਂਡੇ ਤਾਂ ਕਰਕੇ ਥੋੜਾ ਸਾ ਚੜ ਗਿਆ ਇਨਸ਼ਾਅੱਲਾ ਹੁਣ ਤੋਂ ਕੁਲੀ ਖੈਨੇ ਟੋਕਾ ਟੁਕਣ ਤਸਵੀਰ दोस्तों असा आ गए अपने टिब्बे ते अपनी कण के एक हैं ये शापर लगा हड़ तो है और ट्रैक्टर अपना लगा हड़ है बन के तो तले का व्यू नहीं खाने हैं और एक आज चलाते पे हैं ये अपनी खाद पे जे कहीं मोटरसाइकिल डीजल वगैरह हर छियाई खड़ी है बस एक आज चलाते पे हैं एक चैक करो बैक व्यू एक खोही ए, ए तकरीबन घंटे डेढ़ दे बरास दे देशों एक चेक करो तो इतना कराने वीडियो का एंड उम्मीद कराने सारी वीडियो अच्छी लगी उसकी अगर सारी वीडियो अच्छी लगे तो सारे चैनल को जरूर सब्सक्राइब मारो तो वाला मिलते हैं नेक्स्ट तक तो के लिए ओके बाय